ਕਰੋਨਾ ਦੇ ਟਾਈਮ ਤੇ ਅਸੀਂ ਤਕਰੀਬਨ 2-2.5 ਸਾਲ ਘਰ ਅੰਦਰ ਕੈਦ ਰਹੇ ਆ ਤਾਂ ਸਾਨੂੰ ਹੁੰਦਾ ਸੀ ਅਸੀਂ ਹੈਵਾਨ ਬਣ ਕੇ ਸਾਨੂੰ ਕੱਢ ਦਿਓ ਬਾਹਰ ਤੇ ਸੋਚੋ ਜਿਹੜੇ ਪਿੰਜਰਿਆਂ ਨੂੰ ਵਿੱਚ ਤੁਸੀਂ ਪੰਛੀਆਂ ਨੂੰ ਕੈਦ ਕਰਕੇ ਰੱਖ ਰਹੇ ਉਹਨਾਂ ਨੂੰ ਕਿੱਦਾਂ ਦਾ ਲੱਗ ਰਿਹਾ ਹੋਏਗਾ PCA ਐਕਟ 1960 ਦੇ ਤਹਿਤ ਕਿਸੇ ਵੀ ਜਾਨਵਰ ਜਾਂ ਚਿੜੀ ਨੂੰ ਇਸ ਤਰੀਕੇ ਨਾਲ ਕੈਦ ਕਰਕੇ ਰੱਖਣਾ ਇਲੀਗਲ ਮੰਨਿਆ ਜਾਂਦਾ ਹੈ ਆਜ਼ਾਦੀ ਦਿਵਸ ਨੂੰ ਲੈ ਕੇ ਜਿੱਥੇ ਦੇਸ਼ ਭਰ ਵਿੱਚ ਆਜ਼ਾਦੀ ਦਿਵਸ ਜਿਹੜਾ ਵਾ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਜੇ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਤੋਂ ਇੱਕ ਖਾਸ ਤਸਵੀਰ ਜਿਹੜੀ ਸਾਹਮਣੇ ਆਈ ਹੈ ਜਿੱਥੇ ਇੱਕ ਲੜਕੀ ਵੱਲੋਂ ਜਿਹੜਾ ਆਸ਼ਰੇ ਫਾਊਂਡੇਸ਼ਨ ਅਤੇ ਪੀਟਾ ਇੰਡੀਆ ਵੱਲੋਂ ਖਾਸ ਤੌਰ ਤੇ ਜਿਹੜਾ ਵਾ ਇੱਕ ਨਵੇਕਲਾ ਜਿਹੜਾ ਉਪਰਾਲਾ ਕੀਤਾ ਗਿਆ ਹੈ ਤਾਂ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਖਾਸ ਤੌਰ ਤੇ ਇੱਕ ਪਿੰਜਰੇ ਦੇ ਵਿੱਚ ਇੱਕ ਲੜਕੀ ਜਿਹੜੇ ਪੰਛੀ ਦੇ ਰੂਪ ਵਿੱਚ ਜਿਹੜਾ ਵਾ ਉਹ ਬੰਦ ਹੈ ਤਾਂ ਖਾਸ ਤੌਰ ਤੇ ਜਿਹੜਾ ਪੰਛੀ ਪਿੰਜਰਿਆਂ ਦੇ ਵਿੱਚ ਚੰਗੇ ਨਹੀਂ ਲੱਗਦੇ ਉੱਤੇ ਸਾਹਮਣੇ ਤੁਸੀਂ ਲਿਖਿਆ ਵੀ ਦੇਖ ਸਕਦੇ ਹੋ ਕਿ ਉਹਨਾਂ ਦੀ ਆਜ਼ਾਦੀ ਨੂੰ ਲੈ ਕੇ ਖਾਸ ਤੌਰ ਤੇ ਜਿਹੜਾ ਵਾ ਇੱਕ ਵੱਖਰੀ ਜਿਹੜਾ ਵਾ ਤਸਵੀਰ ਜਿਹੜੀ ਵਾ ਸਾਹਮਣੇ ਆਈ ਹੈ ਤਾਂ ਖਾਸ ਤੌਰ ਤੇ ਜਿਹੜਾ ਵਾ ਲਗਾਤਾਰ ਜਿਸ ਤਰੀਕੇ ਨਾਲ ਪੰਛੀ ਲਗਾਤਾਰ ਜਿਹੜਾ ਵਾ ਗੱਲ ਕੀਤੀ ਜਾਵੇ ਤਾਂ ਘੱਟਦੇ ਜਾ ਰਹੇ ਨੇ ਅਕਸਰ ਹੀ ਜਿਹੜਾ ਵਾ ਉਹ ਪੰਛੀਆਂ ਦੀ ਆਜ਼ਾਦੀ ਦੀ ਗੱਲ ਕੀਤੀ ਜਾਂਦੀ ਹੈ ਤਾਂ ਖਾਸ ਤੌਰ ਤੇ ਇਸ ਲੜਕੀ ਵੱਲੋਂ ਖਾਸ ਤੌਰ ਤੇ ਜਿਹੜਾ ਵਾ ਉਪਰਾਲਾ ਕੀਤਾ ਗਿਆ ਹੈ ਲੋਕਾਂ ਨੂੰ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਜਿਹੜਾ ਪੰਛੀਆਂ ਨੂੰ ਜਿਹੜਾ ਪਿੰਜਰਿਆਂ 'ਚ ਬੰਦ ਨਾ ਕੀਤਾ ਜਾਵੇ ਤਾਂ ਉਹਨੂੰ ਲੈ ਕੇ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ ਕੀ ਨਾਂ ਹੈ ਜੀ ਤੁਹਾਡਾ ਮੇਰਾ ਨਾਮ ਰੋਸ਼ਨੀ ਹੈ ਹਾਂਜੀ ਅਸੀਂ ਪੀਟਾ ਤੇ ਆਸ਼ਰੇ ਐਨਜੀਓ ਦੇ ਵਲੰਟੀਅਰ ਨੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਪਿੰਜਰੇ 'ਚ ਬੰਦ ਜੇ ਸੜਕਾਂ ਤੇ ਲੋਕਾਂ ਨੂੰ ਸੁਨੇਹਾ ਦੇ ਰਹੇ ਕੀ ਸੁਨੇਹਾ ਹੈ ਕੀ ਕਹਿਣਾ ਚਾਹੁੰਦੇ ਸੁਨੇਹਾ ਆਹੀ ਦੇ ਰਹੇ ਹਾਂ ਕਿ ਸਾਨੂੰ ਪੰਛੀਆਂ ਨੂੰ ਕੈਦ ਨਹੀਂ ਰੱਖਣਾ ਚਾਹੀਦਾ ਉਹਨਾਂ ਦਾ ਆਸ਼ਰਾ ਨਾ ਅਸਮਾਨ ਹੈ ਪਿੰਜਰਾ ਨਹੀਂ ਇਸ ਲਈ ਉਹਨਾਂ ਨੂੰ ਕੈਦ ਨਹੀਂ ਕਰਨਾ ਚਾਹੀਦਾ ਸਿਰਫ ਅਸੀਂ ਆਪਣੇ ਘਰ ਦੀ ਸੁੰਦਰਤਾ ਵਾਸਤੇ ਬਿਊਟੀਫਿਕੇਸ਼ਨ ਵਾਸਤੇ ਉਹਨਾਂ ਨੂੰ ਆਪਾਂ ਆਪਣੇ ਘਰ 'ਚ ਰੱਖਦੇ ਹਾਂ ਪਰ ਅਸੀਂ ਉਹਨਾਂ ਦੀ ਜ਼ੁਬਾਨ ਨਹੀਂ ਸਮਝ ਸਕਦੇ ਤਾਂ ਕਰਕੇ ਸਾਨੂੰ ਉਹਨਾਂ ਨੂੰ ਅਸਮਾਨ 'ਚ ਛੱਡਣਾ ਚਾਹੀਦਾ ਆਪਣੇ ਘਰਾਂ 'ਚ ਬੰਦ ਨਹੀਂ ਰੱਖਣਾ ਚਾਹੀਦਾ ਇਸ ਲਈ ਉਹਨਾਂ ਦੇ ਹੱਕ ਵਾਸਤੇ ਉਹਨਾਂ ਦੀ ਇੱਕ ਖੁੱਲ੍ਹੀ ਜ਼ਿੰਦਗੀ ਵਾਸਤੇ ਅਸੀਂ ਇੱਕ ਉਪਰਾਲਾ ਕੀਤਾ ਜੇ ਕਿ ਲੋਕ ਇਸ ਚੀਜ਼ ਨੂੰ ਵੇਖ ਕੇ ਸਮਝਣਗੇ ਅਤੇ ਅੱਜ ਕੱਲ੍ਹ ਅਸੀਂ ਵੇਖਦੇ ਕਿ ਸਾਨੂੰ ਵੀ ਕਿਤੇ ਵੀ ਚਿੜੀ ਨਜ਼ਰ ਨਹੀਂ ਆਉਂਦੀ ਕਿਉਂ ਨਹੀਂ ਆਉਂਦੀ ਤਾਂ ਸਾਡਾ ਵਾਤਾਵਰਣ ਵੀ ਥੋੜ੍ਹਾ ਇਹਦਾ ਦੋਸ਼ ਹੈ ਹੀ ਹੈ ਉਸ ਤੋਂ ਬਾਅਦ ਸਾਡੇ ਇਨਸਾਨਾਂ ਦਾ ਇਸ ਲਈ ਸਾਨੂੰ ਆਪਣੀ ਇਨਸਾਨਾਂ ਨੂੰ ਇਹੀ ਸਮਝਣਾ ਚਾਹੀਦਾ ਕਿ ਸਾਨੂੰ ਪਿੰਜਰਿਆਂ 'ਚ ਕੈਦ ਨਹੀਂ ਰੱਖਣਾ ਚਾਹੀਦਾ ਉਹਨਾਂ ਦਾ ਆਸ਼ੀਆਨਾ ਸਿਰਫ ਆਸਮਾਨ ਹੈ ਪਿੰਜਰਾਂ ਦਾ ਤਾਂ ਅੱਜ ਬਹੁਤ ਸਾਰੀਆਂ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਨੇ ਕਿ ਜਿਹੜਾ ਪੰਛੀਆਂ ਨੂੰ ਬੰਦ ਕਰਕੇ ਵੇਚਿਆ ਜਾਂਦਾ ਹੈ ਜਿਸ ਤਰੀਕੇ ਨਾਲ ਤਾਂ ਉਹ ਤੁਸੀਂ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਇਸ ਚੀਜ਼ ਨੂੰ ਵੀ ਅਸੀਂ ਬਹੁਤ ਇੱਕ ਬੁਰੀ ਚੀਜ਼ ਸਮਝਦੇ ਹਾਂ ਕਿ ਉਹਨਾਂ ਨੂੰ ਇੱਕ ਵੇਚਣ ਵਾਲਾ ਕੁਦਰਤੀ ਦੇਣ ਹੈ ਸਾਨੂੰ ਇੱਕ ਚਿੜੀਆਂ ਕੁਦਰਤੀ ਦੇਣ ਹੈ ਰੱਬ ਵੱਲੋਂ ਇੱਕ ਬੜੀ ਅਨੋਖੀ ਚੀਜ਼ ਹੈ ਬੜਾ ਸੋਹਣਾ ਲੱਗਦਾ ਹੈ ਜਦੋਂ ਆਪਾਂ ਸਵੇਰੇ ਸਵੇਰੇ ਉੱਠਦੇ ਹਾਂ ਉਹਨਾਂ ਦੀ ਚਹਿਚਹਿਟ ਸੁਣਦੇ ਹਾਂ ਪਰ ਜੇ ਉਹਨੂੰ ਵੇਚਿਆ ਜਾ ਰਿਹਾ ਇਸ ਤੋਂ ਸ਼ਰਮਨਾਕ ਗੱਲ ਕੁਛ ਹੋਰ ਹੋ ਨਹੀਂ ਸਕਦੀ ਇਸ ਚੀਜ਼ ਨੂੰ ਵੀ ਅਸੀਂ ਬੰਦ ਕਰਨਾ ਚਾਹੁੰਦੇ ਹਾਂ ਕਿ ਵੇਚੋ ਨਾ ਹੀ ਖਰੀਦੋ ਸਭ ਤੋਂ ਵੱਡੀ ਗੱਲ ਕਿ ਜੋ ਲੋਕ ਖਰੀਦਦੇ ਹੈ ਉਹ ਚੀਜ਼ ਉਹਨਾਂ ਨੂੰ ਬੰਦ ਕਰਨੀ ਚਾਹੀਦੀ ਜੇ ਖਰੀਦਾਂਗੇ ਨਹੀਂ ਤਾਂ ਫਿਰ ਲੋਕ ਫਿਰ ਉਹਨਾਂ ਨੂੰ ਬੰਦ ਵੀ ਨਹੀਂ ਰੱਖਣਗੇ ਵੀ ਖਰੀਦਣ ਵਾਸਤੇ ਰੱਖਣਗੇ ਨਹੀਂ ਕੀ ਕਾਰਨ ਮੰਨਦੇ ਹੋ ਜਿਹੜਾ ਪੰਛੀ ਲਗਾਤਾਰ ਘਟਦੇ ਜਾ ਰਹੇ ਨੇ ਅੱਜ ਦੇਖਣ ਨੂੰ ਬਿਲਕੁਲ ਨਹੀਂ ਮਿਲਦੇ ਪਹਿਲਾਂ ਬਹੁਤ ਸਾਰੇ ਦੇਖਣ ਨੂੰ ਮਿਲਦੇ ਸੀ ਸਭ ਤੋਂ ਵੱਡਾ ਕਾਰਨ ਤਾਂ ਸਾਡਾ ਵਾਤਾਵਰਣ ਹੀ ਹੈਗਾ ਵਾ ਵਾਤਾਵਰਨ 'ਚ ਜਿੱਦਾਂ ਹੁਣ ਜਿੱਦਾਂ ਪੋਲਿਊਸ਼ਨ ਵਧੀ ਜਾ ਰਿਹਾ ਜਿੱਦਾਂ ਸਾਡੇ ਹੁਣ ਵਹੀਕਲਸ ਵਧੀ ਜਾ ਰਹੇ ਆ ਇੰਡਸਟਰੀਜ਼ ਵਧੀ ਜਾ ਰਹੀ ਹੈ ਉਸ ਕਰਕੇ ਪੰਛੀ ਵੀ ਐਕਸਟਿੰਕਟ ਹੋ ਰਹੇ ਨੇ ਗਾਇਬ ਹੋ ਰਹੇ ਨੇ ਅਤੇ ਦੂਜਾ ਕਾਰਨ ਅਸੀਂ ਇਨਸਾਨ ਵੀ ਹੈਗੇ ਕਿ ਅਸੀਂ ਉਹਨਾਂ ਨੂੰ ਕੈਦ ਰੱਖ ਰਹੇ ਹਾਂ ਵਾਤਾਵਰਨ ਤੋਂ ਅਲੱਗ ਰੱਖ ਰਹੇ ਹਾਂ ਉਹਨਾਂ ਨੂੰ ਆਸਮਾਨ 'ਚ ਉੱਡਣ ਦੀ ਕੋਈ ਵੀ ਅਸੀਂ ਇੱਕ ਚੀਜ਼ ਨਹੀਂ ਦੇ ਰਹੇ ਇਸ ਲਈ ਸਾਨੂੰ ਉਹਨਾਂ ਨੂੰ ਆਜ਼ਾਦ ਕਰ ਦੇਣਾ ਚਾਹੀਦਾ ਕਿ ਸਾਨੂੰ ਕਿਤੇ ਨਾ ਕਿਤੇ ਥੋੜ੍ਹੀ ਚਿੜੀਆਂ ਨੂੰ ਵੇਖਣ ਦਾ ਮੌਕਾ ਮਿਲੇ ਇਕੱਲੇ ਸਾਨੂੰ ਉਹਨਾਂ ਨੂੰ ਬੰਦ ਕਰਕੇ ਨਹੀਂ ਉਹਨਾਂ ਨੂੰ ਆਸਮਾਨ 'ਚ ਉੱਡਣ ਦਾ ਮੌਕਾ ਮਿਲੇ ਸੋ ਬਿਲਕੁਲ ਸੁਨੇਹਾ ਜ਼ਰੂਰ ਦਿੱਤਾ ਜਾ ਰਿਹਾ ਹੈ ਪੰਛੀਆਂ ਨੂੰ ਤਾਂ ਹੋਰ ਵੀ ਇੱਥੇ ਵੀਰ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਭਾਅ ਜੀ ਕੀ ਨਾਂ ਹੈ ਕਿਹੜੀ ਸੰਸਥਾ ਹੈ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਉਪਰਾਲਾ ਕੀਤਾ ਆ ਸਾਰੇ ਲੋਕ ਆ ਕੇ ਵੇਖ ਰਹੇ ਨੇ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਨਵਜੋਤ ਸਿੰਘ ਹੈ ਮੈਂ ਆਸ਼ਰੇ ਫਾਊਂਡੇਸ਼ਨ ਦਾ ਟੀਮ ਮੈਨੇਜਰ ਹਾਂ ਅਤੇ ਅੱਜ ਅਸੀਂ ਇੱਥੇ ਪੈਟਾ ਇੰਡੀਆ ਦੇ ਨਾਲ ਇੱਕ ਇਸ ਉਪਰਾਲੇ ਨੂੰ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਜਿਹਦੇ ਵਿੱਚ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਇੱਕ ਲੜਕੀ ਇੰਨੀ ਤਪਦੀ ਗਰਮੀ ਵਿੱਚ ਇੱਕ ਪੰਛੀ ਦੇ ਰੂਪ ਵਿੱਚ ਇੱਥੇ ਤੁਹਾਡੇ ਸਾਹਮਣੇ ਇੱਕ ਡੈਮੋਨਸਟ੍ਰੇਸ਼ਨ ਪੇਸ਼ ਕਰ ਰਹੀ ਹੈ ਜਿਸ 'ਚ ਸਾਫ ਸਾਫ ਲਿਖਿਆ ਕਿ ਪੰਛੀਆਂ ਦੀ ਥਾਂ ਜਿਹੜੀ ਹੈ ਪਿੰਜਰਿਆਂ ਵਿੱਚ ਨਹੀਂ ਉਹਨਾਂ ਦੀ ਥਾਂ ਜਿਹੜੀ ਹੈ ਆਕਾਸ਼ ਵਿੱਚ ਉਹਨਾਂ ਨੂੰ ਆਜ਼ਾਦੀ ਦਿਓ ਜਿਸ ਤਰੀਕੇ ਅਸੀਂ ਹਰ 15 ਅਗਸਤ ਨੂੰ ਇੱਕ ਆਜ਼ਾਦੀ ਦਾ ਦਿਵਸ ਮਨਾਉਂਦੇ ਹਾਂ ਕਿ ਤਾਂ ਕਿ ਅਸੀਂ ਆਜ਼ਾਦ ਹੋ ਗਏ ਅਸੀਂ ਆਪਣਾ ਖੁਸ਼ੀ ਮਨਾਉਂਦੇ 15 ਅਗਸਤ ਵਾਲੇ ਦਿਨ ਅਤੇ ਇਸੇ ਉਪਰਾਲੇ ਨੂੰ ਦੇਖਦਿਆਂ ਹੋਇਆ ਅੱਜ ਅਸੀਂ ਇੱਕ ਕੋਲੈਬੋਰੇਸ਼ਨ ਦੇ ਵਿੱਚ ਪੀਟਾ ਇੰਡੀਆ ਦੇ ਨਾਲ ਆਸ਼ਰੇ ਫਾਊਂਡੇਸ਼ਨ ਨੇ ਇਸ ਉਪਰਾਲੇ ਨੂੰ ਤੁਹਾਡੇ ਸਾਰੇ ਸਾਹਮਣੇ ਪੇਸ਼ ਕੀਤਾ ਜਿਹਦੇ ਵਿੱਚ ਅਸੀਂ ਤੁਹਾਨੂੰ ਇਸ ਚੀਜ਼ ਨੂੰ
बखूबी निभाने अपने वाले पूरी कोशिश की। कारण मानते हो अज जिस तरीके पंछी घटते जा रहे हैं, कुछ लोग जोड़े वा पिंजर च बंद करके रखते हैं, की कारण की मानते हो? क्यों एक गल उन्होंने नहीं लगता कि इस तरीके पिंजरे के बंद कर देना, एक जान इस तरीके बंद कर देना कि औखा होंगे होगा उन्होंने वास्ते? जी तुहाडे सामने एक जिंदा ज्यादा एग्जाम्पल सी करोना के टाइम का। करोना के टाइम तो असी तकरीबन 2-2.5 साल घर अंदर कैद रहे हैं, तो सानू हुंदा सी असी हैवान बन के सानू कढ दिओ बाहर। तो सोचो जिहड़े पिंजरियां नूं विच तुसीं पंछियां नूं कैद करके रख रहे हो, उन्हां नूं किदां दा लग रहा होएगा? तो लोग सिर्फ अपनी एक सुंदरता प्रति बस एक चीज़ में रखते कि साडे घर की शान वधदी, साडे घर की रौनक वधदी, इन्हां नूं पिंजरां 'च कैद कर लो, उन्हां दे बाहर वढ के रख दिता जांदा है। PCA एक्ट 1960 के तहत किसी भी जानवर या चिड़ी इस तरीके कैद करके रखना इलीगल मनिया जाता है। तोते हो गए, चिड़िया हो गई, हाइना हो गए, पीकॉक हो गए, तो तुम इन्हों वेखना ही है तो या तो दूरबीन वेख लो, तो दूरों भी तुम्हें उन्ने सोहने दिसणगे, या तो जाके जंगलों से वेखो, सेंचुरियां वेखो, इस तरीके कैद करके बेजुबाना की जिंदगी उत्ते अत्याचार ना करो। सो बिल्कुल किस किमें देखते हो, किस तरीके वेखते हो जरा उपराला किया? बहुत वधिया लोग देख रहे हो पीटा फाउंडेशन वालों का कहना चाहिए। तो मैं अथर्व देश हूँ, पीटा इंडिया का कैंपेन्स कोऑर्डिनेटर। आप जैसे विजुअल में देख रहे हो कि आज आश्रय फाउंडेशन और पीटा इंडिया इंडिपेंडेंस डे के पहले ये डेमोन्स्ट्रेशन अमृतसर में लाए हैं, और ये डेमोन्स्ट्रेशन अमृतसर में करने का एक ही मतलब हमारा मकसद था कि अमृतसर की जनता को हमें एक मैसेज देना है कि ये जो पंछी है इनको आज़ादी अभी भी मिलना बाकी है। हमें इंसानों को आज़ादी कब की मिल चुकी है, बट इन पंछियों को अभी भी आज़ादी मिलना बाकी है। PCA एक्ट जो है, PCA 1960 जो एक्ट है, उसके अंडर ये सारे जो बर्ड्स है इनको रखना इलीगल है। उसमें पीकॉक आ जाए, पैरिकिट्स आते हैं, तोते आते हैं, आउल्स आते हैं, हॉक आते हैं, और ऐसे कई अन्य प्राणी हैं जिनको रखना इलीगल है, पर फिर भी आज देश भर में ये सारे प्राणियों को पिंजरों में कैद किया जाता है। तो इस डेमोन्स्ट्रेशन के जरिए हम लोगों को एक मैसेज दे रहे हैं, एक नॉलेज प्रोवाइड कर रहे हैं कि ये सारे जो पंछी आप रख रहे हो इनको रखना इलीगल है। अगर आपको इनको इन पंछियों को देखना ही है, निहारना ही है, तो वाइल्ड में जाइए और आपके कैमरा से, आपके दूरबीन से उनको देखिए और निहारिए, वहाँ पे वो ज़्यादा सुंदर दिखेंगे, ना कि केज में। बहुत बढ़िया काम कर रहे हो, लेकिन अमृतसर में बहुत सारी ऐसी जगह है जहाँ पर ऐसे आपने बात की बर्ड्स को बंद करके बेचा जाता है, तो उस चीज़ को कैसे देखते हैं? उस चीज़ बर्ड को बंद होना चाहिए? हाँ, वो चीज़ डेफिनेटली बंद होनी चाहिए। और एक मैंने जैसे कि बोला कि अमृतसर ये सिटी सिलेक्ट करने के पीछे हमें हमारा यही मकसद था कि यहाँ की जो यूथ है इनको हमें अवगत करना है, इनको हमें मोटिवेट करना है कि अगर आप ऐसा कुछ देख रहे हैं तो वहीं पे आवाज़ उठाइए, और एक्शन वहाँ पर ही शुरू होता है, बदलाव वहाँ पर ही शुरू होता है जब हम आवाज़ उठाना शुरू करते हैं। और ये एक बहुत इम्पॉर्टेंट मैटर है, काफ़ी सीरियस मसला है पंजाब में, अमृतसर में, तो इसलिए हम ये डेमोन्स्ट्रेशन यहाँ पर लेके आए हैं ताकि आने जाने वाले जो लोग हैं और मीडिया के जरिए लोगों को पता चले कि दिस इज़ इलीगल एंड कीपिंग बर्ड केज इज इलीगल, स्काई इज द लिमिट फॉर देम, नॉट केज। अपील करना चाहते हैं? हम यही अपील करेंगे कि डेफिनेटली स्काई इज द लिमिट फॉर देम, केजेस नहीं है। और ये जो सुंदर सुंदर पक्षी आप जो देख रहे हैं, ये केजेस में तो बिलोंग नहीं करते। आपको अगर प्राणियों से इतना ही प्यार है तो बिल्ली हो गए, डॉग्स हो गए, ये डोमेस्टिकेटेड एनिमल्स है, इनको पालिए, इनको प्यार करिए, बट नॉट पंछी, ये वाइल्ड एनिमल्स है। तो बिल्कुल बहुत वधिया जिहड़ा वा उपराला है इन्हां पीटा इंडिया ते इन्हां संस्थावां वालों जिस तरीके नाल कीता गया है, तो खास तौर पर इस लड़की वालों जिहड़ा वा पिंजरे दे विच बंद जिस तरीके नाल कीता गया है, जिस तरीके नाल अक्सर ही पंछियों नूं भी बंद किया जाता है, तो बहुत वधिया जिहड़ा वा सुनेहा दिता जा रहा है कि पंछियों नूं जिहड़े वा उह बंद ना किया जाए। तो अज के युग दे विच जिस तरीके अज दे दिनां दे विच लगातार जिहड़ा वा उह पंछी जरूर घटते जा रहे हैं, तो कितें ना कितें खास तौर पर जिहड़ा वा उह सुनेहा दिता जा रहा है कि जिहड़ा वा उह आजाद कितें ना कितें लोग जरूर आजाद हो गए ने, पर पंछी कितने ना कितने आजाद नहीं हुए, तो उन्होंने जोड़ा वा इस तरीके नाल पिंजरे च बंद करना जोड़ा वो बहुत गलत है, तो उसनों लैके खास तौर पर लोगों को जोड़ा वा सुनेहा दिता जा रहा है। कैमरामैन दविंदर मेहरा के नाल पंकज मल्ली, वर्ल्ड पंजाबी TV, अमृतसर।